सत श्री अकाल जी सारिआं नूं, तुहाडा सारिआं दा स्वागत है जी अपने चैनल ते। अज आपां बनावांगे जी सैंडविच। इहदे लई आपां इह सब्जियां लईआं ने। इह दो टमाटर लए ने आपां बरीक कट के, शिमला मिर्च, खीरा ते प्याज। तुसीं अपने पसंद दीआं सब्जियां पा सकदे हो। इह आपां बिल्कुल बरीक कट लए ने ते इहनां नूं इक आपां भांडे दे विच पा लैंदे हां। ते सुके मसाले पावांगे, इहदे विच काली मिर्च पीसी हुई पावांगे जी, ये लाल मिर्च मोटी कुटी हुई, चिली फ्लैक्स, लून स्वाद अनुसार जी। ये मैं पा रही हूँ जी मेयोनीज। ये पुदीने दे फ्लेवर वाली है, तुसी प्लेन वाइट भी पा सकते हो। जे नहीं भी पाउणी ਤਾਂ ਤੁਸੀਂ ਦੁੱਧ ਦੀ ਕਰੀਮ ਵੀ ਪਾ ਸਕਦੇ ਹੋ ਜੀ, ਜਿਹੜੀ ਆਪਾਂ ਦੁੱਧ ਦੇ ਉੱਪਰੋਂ ਮਲਾਈ ਲਾਉਂਦੇ ਹਾਂ ਉਹ ਪਾ ਸਕਦੇ ਹੋ ਇਹਦੀ ਜਗ੍ਹਾ 'ਤੇ। ਦੋ ਚਮਚੇ ਆਪਾਂ ਮੇਯੋਨੀਜ਼ ਪਾ ਲਈ, ਦੋ ਚਮਚੇ ਦੁੱਧ ਦੀ ਮਲਾਈ ਪਾ ਲਾਂਗੇ। ਬਹੁਤ ਹੀ ਟੇਸਟੀ ਅਤੇ ਆਸਾਨੀ ਨਾਲ ਬਣ ਜਾਂਦੇ ਨੇ ਜੀ, ਬੱਚੇ ਵੀ ਇਹਨਾਂ ਨੂੰ ਖੁਸ਼ ਹੋ ਕੇ ਖਾਂਦੇ ਨੇ। ਬਣਾ ਕੇ ਜ਼ਰੂਰ ਟਰਾਈ ਕਰਿਓ। ਤੁਸੀਂ ਆਪਣੀ ਪਸੰਦ ਦੀਆਂ ਸਬਜ਼ੀਆਂ ਪਾ ਸਕਦੇ ਹੋ ਉਹਦੇ ਵਿੱਚ। ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ ਜੀ ਵੀ ਘਰ ਦੇ ਵਿੱਚ ਆਸਾਨ ਤਰੀਕੇ ਨਾਲ ਟੇਸਟੀ ਚੀਜ਼ ਆਪਾਂ ਬਣਾ ਕੇ ਤਿਆਰ ਕਰ ਸਕੀਏ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ। ਇਹ ਲੈ ਦੇ ਜੀ ਸੈਂਡਵਿਚ ਵਾਲੇ ਬ੍ਰੈਡ ਆਪਾਂ, ਇਹਨਾਂ ਦਾ ਸਾਈਜ਼ ਥੋੜ੍ਹਾ ਜਿਹਾ ਵੱਡਾ ਹੁੰਦਾ। ਇਹ ਆਪਾਂ ਲੈ ਨੇ ਜੀ ਦੋ ਬ੍ਰੈਡ, ਇਹਦੇ ਉੱਪਰ ਆਪਾਂ ਇਹਨੂੰ ਲਾ ਲਾਂਗੇ ਫਿਲਿੰਗ ਨੂੰ। ਚੰਗੀ ਤਰ੍ਹਾਂ ਸਾਰੇ 'ਤੇ ਲਾ ਲੈਣੀ ਹੈ ਜੀ। ਦੂਸਰੇ ਦੇ ਉੱਪਰ ਆਪਾਂ ਟਮਾਟੋ ਸੌਸ ਲਾ ਲਾਂਗੇ ਜੀ। ਤੁਸੀਂ ਹਰੀ ਚਟਣੀ ਵੀ ਲਾ ਸਕਦੇ ਹੋ ਪੁਦੀਨੇ ਅਤੇ ਧਨੀਏ ਦੀ। ਇਹ ਚਾਰ ਤਿਆਰ ਕਰ ਲੈਣੇ ਜੀ ਆਪਾਂ। ਹੁਣ ਇਹਨਾਂ ਨੂੰ ਆਪਾਂ ਇਹਦੇ ਉੱਪਰ ਲਾ ਦਾਂਗੇ, ਹਲਕਾ ਜਿਹਾ ਇਹਨਾਂ ਨੂੰ ਦੱਬ ਦਾਂਗੇ। ਤੁਸੀਂ ਜੇ ਡਬਲ ਬਣਾਉਣਾ ਜੀ ਤਾਂ ਇਹਦੇ ਉੱਪਰ ਇੱਥੇ ਹਰੀ ਚਟਣੀ ਲਾ ਕੇ, ਟਮਾਟਰ, ਖੀਰਾ, ਪਿਆਜ਼ ਵਗੈਰਾ ਲਾ ਕੇ ਉੱਪਰ ਇੱਕ ਬ੍ਰੈਡ ਹੋਰ ਲਾ ਸਕਦੇ ਹੋ। ਇੱਧਰ ਆਪਣਾ ਤਵਾ ਗਰਮ ਹੋ ਗਿਆ ਜੀ, ਇਹਦੇ ਉੱਪਰ ਆਪਾਂ ਲਾ ਲਾਂਗੇ ਘਿਓ। ਹੁਣ ਇਹ ਬ੍ਰੈਡ ਜਿਹੜੇ ਆਪਾਂ ਤਿਆਰ ਕਰੇ ਨੇ ਇਹਦੇ ਉੱਪਰ ਰੱਖ ਦਾਂਗੇ। ਸੇਕ ਬਿਲਕੁਲ ਘੱਟ ਰੱਖਣਾ ਜੀ, ਹਲਕਾ ਹਲਕਾ ਜਿਹਾ ਆਪਾਂ ਇਹਨਾਂ ਨੂੰ ਦੱਬ ਦਾਂਗੇ ਜੀ। ਦੋਨੋਂ ਸਾਈਡਾਂ ਤੋਂ ਆਪਾਂ ਚੰਗੀ ਤਰ੍ਹਾਂ ਸੇਕ ਲਾਂਗੇ ਇਹਨਾਂ ਨੂੰ। ਇੱਧਰਲੀ ਸਾਈਡ ਵੀ ਆਪਾਂ ਘਿਓ ਲਾ ਕੇ ਇਹਨਾਂ ਦਾ ਫਿਰ ਪਾਸਾ ਬਦਲ ਦਾਂਗੇ। ਧਿਆਨ ਨਾਲ ਪਾਸਾ ਬਦਲਣਾ ਜੀ ਇਹਦਾ। ਦੇਖੋ ਕਿੰਨਾ ਵਧੀਆ ਸੇਕ ਕੇ ਤਿਆਰ ਹੋਇਆ। ਸੇਕ ਬਿਲਕੁਲ ਘੱਟ ਰੱਖਣਾ ਜੀ। ਹੁਣ ਇਹਨੂੰ ਆਪਾਂ ਉਤਾਰ ਲਾਂਗੇ ਜੀ। ਦੇਖੋ ਦੋਨੇ ਪਾਸੇ ਸੇਕ ਕੇ ਬਹੁਤ ਵਧੀਆ ਤਿਆਰ ਹੋਏ ਨੇ। ਹੁਣ ਆਪਾਂ ਫਿਰ ਘਿਓ ਲਾਵਾਂਗੇ ਜੀ ਤਵੇ 'ਤੇ। ਥੋੜ੍ਹਾ ਜਿਹਾ ਲਾਉਣਾ, ਜ਼ਿਆਦਾ ਨਹੀਂ ਲਾਉਣਾ। ਅਤੇ ਦੂਸਰਾ ਬ੍ਰੈਡ ਇਸ ਤਰ੍ਹਾਂ ਸੇਕ ਲਾਂਗੇ ਆਪਾਂ। ਹੁਣ ਇਹਦਾ ਵੀ ਆਪਾਂ ਪਾਸਾ ਬਦਲ ਦਾਂਗੇ ਜੀ।
ये भी बन के तैयार हो गया जी। हुण आपां इहनां दी कटिंग करके दिखाउने आ। हौली कट करांगे जी, ध्यान नाल। देखो जी किन्ने वधिया बन के तैयार होए ने। ट्राई जरूर करियो जी, वीडियो वधिया लगी तो लाइक जरूर करियो, चैनल में सबसक्राइब जरूर करना।